ਮਨੁੱਖਤਾ ਦੀ ਸੇਵਾ ਵਿੱਚ ਤਤਪਰ ਰਹਿਣ ਵਾਲੇ ਪ੍ਰਸਿੱਧ ਉਦਯੋਗਪਤੀ ਅਤੇ ਸਮਾਜ ਸੇਵੀ ਸਰਬੱਤਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸਪੀ ਸਿੰਘ ਓਬਰਾਏ ਵੱਲੋਂ ਲੋਕ ਭਲਾਈ ਦੇ ਕਾਰਜਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਨੇ। ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਸਰਬੱਤਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਮਰੀਜ਼ਾਂ ਦੇ ਵਾਰਸਾਂ ਦੇ ਠਹਿਰਨ ਵਾਸਤੇ 1,28,00,000 ਰੁਪਏ ਦੀ ਲਾਗਤ ਨਾਲ ਨਵੇਂ ਉਸਾਰੇ ਗਏ ਸੰਨੀ ਓਬਰਾਏ ਰੈਣ ਬਸੇਰਾ ਦਾ ਉਦਘਾਟਨ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਸਰਵੇਸ਼ ਕੌਸ਼ਲ ਵੱਲੋਂ ਉਪ ਕੁਲਪਤੀ ਡਾਕਟਰ ਰਾਜ ਬਹਾਦੁਰ ਅਤੇ ਡਾਕਟਰ ਐਸਪੀ ਸਿੰਘ ਓਬਰਾਏ ਟਰੱਸਟ ਦੇ ਇਕਾਈ ਦੇ ਅਹੁਦੇਦਾਰਾਂ ਤੇ ਮੈਂਬਰਾਂ ਸਮੇਤ ਮੈਡੀਕਲ ਕਾਲਜ ਦੇ ਪ੍ਰੋਫੈਸਰ ਸਾਹਿਬਾਨਾ ਅਤੇ ਟੀਚਿੰਗ ਸਟਾਫ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਸ਼੍ਰੀ ਸਰਵੇਸ਼ ਕੌਸ਼ਲ ਨੇ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਨੇ, ਉੱਥੇ ਹੀ ਸਰਬੱਤਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਵੀ ਹਰ ਖੇਤਰ ਵਿੱਚ ਲੋਕ ਭਲਾਈ ਕਾਰਜਾਂ 'ਚ ਵਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਅਤੇ ਇਹ ਆਧੁਨਿਕ ਸੰਨੀ ਓਬਰਾਏ ਰੈਣ ਬਸੇਰਾ ਇਸ ਦੀ ਇੱਕ ਵੱਡੀ ਮਿਸਾਲ ਹੈ। ਉਹਨਾਂ ਦੱਸਿਆ ਕਿ ਦੂਰ ਦੁਰਾਡੇ ਤੋਂ ਇਲਾਜ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਇਹ ਵੱਡੀ ਰਾਹਤ ਪ੍ਰਦਾਨ ਕਰੇਗਾ ਅਤੇ ਇਸ ਆਧੁਨਿਕ ਰੈਣ ਬਸੇਰਾ ਦਾ ਲੋਕ ਹੁਣ ਫਾਇਦਾ ਲੈ ਸਕਣਗੇ। ਡਾਕਟਰ ਓਬਰਾਏ ਨੇ ਦੱਸਿਆ ਕਿ ਇਸ ਰੈਣ ਬਸੇਰੇ ਦੇ ਨਿਰਮਾਣ ਤੇ 1,28,00,000 ਰੁਪਏ ਦਾ ਖਰਚਾ ਆਇਆ। ਉਹਨਾਂ ਦੱਸਿਆ ਕਿ ਇਸ ਰੈਣ ਬਸੇਰੇ ਵਿੱਚ ਠਹਿਰਨ ਲਈ ਮਰੀਜ਼ ਨੂੰ ਮਾਮੂਲੀ 25 ਰੁਪਏ ਦੀ ਰਕਮ ਅਦਾ ਕਰਨੀ ਪਵੇਗੀ ਅਤੇ ਇਸ ਰੈਣ ਬਸੇਰੇ ਵਿੱਚ ਠਹਿਰਨ ਵਾਲੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਰਾਤ ਦਾ ਖਾਣਾ ਵੀ ਲੰਗਰ ਦੇ ਰੂਪ ਵਿੱਚ ਮੁਫ਼ਤ ਦਿੱਤਾ ਜਾਵੇਗਾ। ਇਸ ਦੌਰਾਨ ਉਪ ਕੁਲਪਤੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਡਾਕਟਰ ਰਾਜ ਬਹਾਦੁਰ ਨੇ ਦੱਸਿਆ ਕਿ ਡਾਕਟਰ ਓਬਰਾਏ ਜ਼ਰੂਰਤਮੰਦ ਲੋਕਾਂ ਲਈ ਇੱਕ ਮਸੀਹਾ ਬਣ ਕੇ ਉਭਰੇ ਨੇ ਅਤੇ ਸਰਬੱਤਾ ਭਲਾ ਟਰੱਸਟ ਵੱਲੋਂ ਪਿਛਲੇ ਸਮੇਂ ਦੌਰਾਨ 50 ਬੈੱਡਾਂ ਵਾਲਾ ਇੱਕ ਕੈਂਸਰ ਵਾਰਡ ਲੋੜੀਂਦੇ ਸਨਮਾਨ ਸਮੇਤ ਮੁਹੱਈਆ ਕਰਵਾਇਆ ਗਿਆ ਸੀ। ਉਦਘਾਟਨ ਉਪਰੰਤ ਮੁੱਖ ਸਕੱਤਰ ਕੌਸ਼ਲ ਨੇ ਡਾਕਟਰ ਓਬਰਾਏ ਨੂੰ ਦੁਸ਼ਾਲਾ ਪੇਂਟ ਕਰ ਸਨਮਾਨਿਤ ਕੀਤਾ ਅਤੇ ਮੁੱਖ ਸਕੱਤਰ ਨੂੰ ਰਾਜ ਬਹਾਦੁਰ ਨੇ ਸਨਮਾਨ ਚਿੰਨ੍ਹ ਦੇ ਕੇ ਮਾਣ ਵਧਾਇਆ। ਇਸ ਮੌਕੇ ਹਲਕਾ ਵਿਧਾਇਕ ਦੀਪ ਮਲਹੋਤਰਾ, ਕਮਿਸ਼ਨਰ ਫਰੀਦਕੋਟ ਡਿਵੀਜ਼ਨ ਵੀਕੇ ਮੀਨਾ, ਡਿਪਟੀ ਕਮਿਸ਼ਨਰ ਫਰੀਦਕੋਟ ਮਾਲਵਿੰਦਰ ਸਿੰਘ ਜੱਗੀ, ਸੀਨੀਅਰ ਪੁਲਿਸ ਕਪਤਾਨ ਸੁਖਮਿੰਦਰ ਸਿੰਘ ਮਾਨ, ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਮੰਡ, ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਗੁਰਮੀਤ ਕੌਰ ਸੇਠੀ, ਮੱਖਣ ਸਿੰਘ ਨੰਗਲ, ਐਕਸੀਅਨ ਰਾਜ ਕੁਮਾਰ ਅਤੇ ਡਾਕਟਰ ਰਵਿੰਦਰ ਗਰਗ ਤੋਂ ਇਲਾਵਾ ਇਲਾਕੇ ਦੀਆਂ ਹੋਰ ਵੀ ਅਹਿਮ ਸ਼ਖਸੀਅਤਾਂ ਮੌਜੂਦ ਰਹੀਆਂ। ਫਿਲੈਂਥ੍ਰੋਪਿਸ ਔਰ ਸਮਾਜ ਸੇਵੀਆਂ ਦੇ ਯੋਗਦਾਨ ਨਾਲ ਇੱਥੇ ਇੱਕ ਰੈਣ ਬਸੇਰਾ ਬਣਿਆ। ਇਸ ਹੋਸਪਿਟਲ ਦੇ ਵਿੱਚ ਰੈਣ ਬਸੇਰੇ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਸੀ। ਬੜੇ ਹੀ ਸਾਇੰਟਿਫਿਕ ਢੰਗ ਨਾਲ, ਮਾਡਰਨ ਢੰਗ ਨਾਲ 60 ਬਿਸਤਰਿਆਂ ਦਾ ਰੈਣ ਬਸੇਰਾ ਬਣਿਆ ਔਰ ਹਰੇਕ ਬੈੱਡ ਦੇ ਨਾਲ ਇੱਕ ਇੱਕ ਐਲਮੇਰਾ ਦਿੱਤੀ ਗਈ ਹੈ। ਅੱਜ ਕੱਲ੍ਹ ਕਈ ਐਸੇ ਰੋਗ ਨੇ ਜਿਵੇਂ ਕੈਂਸਰ ਹੈ, ਸਾਈਕੈਟਰੀ ਹੈ, ਹੋਰ ਹੈ, ਇੱਥੇ ਲੰਬਾ ਇਲਾਜ ਚੱਲਦਾ ਹੈ। ਉੱਥੇ ਅਟੈਂਡੈਂਟਸ ਔਰ ਆਊਟ ਪੇਸ਼ੈਂਟਸ ਦੋਨਾਂ ਨੂੰ ਕਈ ਕਈ ਮਹੀਨੇ, ਕਈ ਕਈ ਹਫ਼ਤੇ ਰਹਿਣਾ ਪੈਂਦਾ ਹੈ। ਇਹ ਬਹੁਤ ਹੀ ਨੇਕ ਉਪਰਾਲਾ ਹੈ, ਇਹ ਮਾਨਵਤਾ ਲਈ ਉਪਰਾਲਾ ਹੈ, ਜਿਹਦੇ ਲਈ ਮੈਂ ਜਿਨ੍ਹਾਂ ਨੇ ਇਹ ਬਣਵਾ ਕੇ ਦਿੱਤਾ ਮਿਸਟਰ SPS ਓਬਰਾਏ, ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਵਾਈਸ ਚਾਂਸਲਰ ਡਾਕਟਰ ਰਾਜ ਬਹਾਦੁਰ ਜੀ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਦੀ ਪ੍ਰੇਰਣਾ ਸਦਕਾ ਇਹ ਕੰਮ ਹੋਇਆ। ਅੱਜ ਫਰੀਦਕੋਟ ਵਿੱਚ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਵੱਲੋਂ ਜੋ ਕਿ 7-8 ਮਹੀਨੇ ਪਹਿਲਾਂ ਇੱਕ ਰੈਣ ਬਸੇਰਾ ਦੀ ਬਿਲਡਿੰਗ ਜਿਹੜੀ ਸੀ ਉਹ ਸਾਰੀ ਸ਼ੁਰੂ ਹੋਈ ਸੀ, ਅੱਜ ਉਹ ਕੰਪਲੀਟ ਹੋਈ ਹੈ ਔਰ ਅੱਜ ਸਾਡੇ ਮਾਣਯੋਗ ਚੀਫ ਸੈਕਟਰੀ ਸਾਹਿਬ ਪੰਜਾਬ ਉਹਨਾਂ ਨੇ ਇਹਦਾ ਉਦਘਾਟਨ ਕੀਤਾ ਅੱਜ। ਸੋ ਹੁਣ ਜਿਹੜੇ ਸਿਰਫ 60 ਬੈੱਡ ਦਾ ਇਸਲੇ ਤਿਆਰ ਕੀਤਾ ਗਿਆ, ਸਾਰੇ ਫਰਨਿਸ਼ ਬੈੱਡ ਹੈਗੇ ਨੇ। ਸੋ ਪਹਿਲੀ ਸਟੇਜ 60 ਅਸੀਂ ਸ਼ੁਰੂ ਕੀਤੇ ਨੇ, ਜਦੋਂ ਇਹ ਅਸੀਂ ਹੁਣ ਦੇਖਾਂਗੇ ਕਿ ਵਾਕਈ ਡਿਮਾਂਡ ਹੋਰ ਹੈਗੀ ਹੈ। ਅਤੇ ਪ੍ਰੋਵੀਜ਼ਨ ਅਸੀਂ ਪਹਿਲਾਂ ਜਿਹੜੀ ਹੈ 30 ਬੈੱਡਾਂ ਦੀ ਹੋਰ ਰੱਖੀ ਹੋਈ ਹੈ, ਸੁਣੀਆਂ ਉਸ ਹਿਸਾਬ ਨਾਲ ਭਰੀਆਂ ਗਈਆਂ ਸੀਗੀਆਂ ਅਤੇ ਅਗਰ ਜ਼ਰੂਰਤ ਸਮਝਾਂਗੇ ਤਾਂ ਇੱਕ ਫਲੋਰ ਉੱਤੇ ਹੋਰ ਆ ਕੇ 30 ਬੈੱਡ ਜਿਹੜੇ ਤਿਆਰ ਹੋ ਜਾਣਗੇ। ਇਹ ਹੁਣ ਸਾਡੇ ਸੋਮਵਾਰ ਤੋਂ ਤਕਰੀਬਨ ਸਾਡੇ ਜਿਹੜੇ ਆ ਸਾਰੇ ਇਹ ਸਾਰੇ ਫੁੱਲ ਹੋ ਜਾਣਗੇ, ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ। ਇਹ ਉਹਨਾਂ ਮਰੀਜ਼ਾਂ ਵਾਸਤੇ ਆ ਜਿਹੜੇ ਮਰੀਜ਼ ਕੈਂਸਰ ਦੇ ਪੇਸ਼ੈਂਟ ਨੇ, ਜਿਹੜੇ ਕਿ ਹਫ਼ਤੇ 'ਚ ਇੱਕ ਵਾਰੀ ਜਾਂ ਹਫ਼ਤੇ 'ਚ 2 ਵਾਰੀ ਟ੍ਰੀਟਮੈਂਟ ਕਰਾਉਂਦੇ ਆ, ਉਸ ਤੋਂ ਬਾਅਦ ਉਹਨਾਂ ਘਰ ਜਾਣਾ ਪੈਂਦਾ, ਫਿਰ ਦੂਜੇ ਤੀਸਰੇ ਦਿਨ ਵਾਪਸ ਆਉਣਾ ਪੈਂਦਾ। ਸੋ ਉਹਨਾਂ ਨਾਲ ਅਸੀਂ ਰਹਿਣ ਵਾਸਤੇ ਜਿਹੜੀ ਸੁਵਿਧਾ ਉਹਨਾਂ ਨੂੰ ਦਿੱਤੀ ਹੈ, ਉਹਨਾਂ ਨਾਲ ਜਿਹੜੇ ਅਟੈਂਡੈਂਟ ਆਉਂਦੇ ਹੈਗੇ ਆ, ਨਾਲ ਅਸੀਂ ਇੱਕ ਜਿਹੜਾ ਪੇਸ਼ੈਂਟ ਹੋਏਗਾ ਇੱਕ ਅਟੈਂਡੈਂਟ, ਉਹਨੂੰ ਵੀ ਅਸੀਂ ਜਿਹੜਾ ਬੈੱਡ ਦਿਆਂਗੇ। ਔਰ ਇੱਥੇ ਵਰਣਨਯੋਗ ਹੈ ਕਿ ਜਿਹੜੇ ਬੈੱਡ ਦੀ ਜਿਹੜੀ ਅਸੀਂ ਕੀਮਤ ਲੈ ਰਹੇ ਇੱਕ ਰਾਤ ਦੀ, ਉਹ ਸਿਰਫ 25 ਰੁਪਏ ਜਿਹੜੀ ਚਾਰਜ ਕੀਤੀ ਜਾਏਗੀ ਪੇਸ਼ੈਂਟ ਕੋਲੋਂ ਜਾਂ ਅਟੈਂਡੈਂਟ ਕੋਲੋਂ। ਔਰ ਉਸ 25 ਰੁਪਏ ਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ 3 ਟਾਈਮ ਦਾ ਜਿਹੜਾ ਖਾਣਾ ਹੈਗਾ ਬ੍ਰੇਕਫਾਸਟ, ਲੰਚ, ਡਿਨਰ ਉਹ ਇਨਕਲੂਡ ਹੋਏਗਾ ਇਹਦੇ ਵਿੱਚ।
ਬਠਿੰਡਾ ਦੇ ਪਿੰਡ ਮੰਡੀ ਕਲਾਂ ਵਿਖੇ ਸਰਬੱਤ ਦਾ ਭਲਾ ਟਰੱਸਟ ਵੱਲੋਂ ਡਾਕਟਰ ਓਬਰਾਏ ਦੀ ਅਗਵਾਈ ਹੇਠ ਲੋਕਲ ਗੁਰਦੁਆਰਾ ਸਾਹਿਬ ਵਿਖੇ 150ਵਾਂ ਅੱਖਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਮਾਜ ਸੇਵੀ ਡਾਕਟਰ ਓਬਰਾਏ ਵੱਲੋਂ ਬਠਿੰਡਾ ਇਕਾਈ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੌਜੂਦਗੀ ਵਿੱਚ ਰਿਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ਵਿੱਚ ਅੱਖਾਂ ਦੀ ਜਾਂਚ ਮਾਹਿਰ ਡਾਕਟਰਾਂ ਅਤੇ ਟਰੱਸਟ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਕਸ਼ਿਸ਼ ਗੁਪਤਾ ਬਠਿੰਡਾ ਅਤੇ ਉਹਨਾਂ ਦੀ ਟੀਮ ਵੱਲੋਂ ਕੀਤੀ ਗਈ। ਇਸ ਮੌਕੇ ਡਾਕਟਰ ਓਬਰਾਏ ਨੇ ਦੱਸਿਆ ਕਿ ਕੈਂਪ ਦੌਰਾਨ 570 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਨਜ਼ਰ ਦੀਆਂ ਐਨਕਾਂ 110 ਲੋੜਵੰਦ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਗਈਆਂ ਅਤੇ 67 ਮਰੀਜ਼ਾਂ ਦੀਆਂ ਅੱਖਾਂ ਦੇ ਮੁਫਤ ਲੈਂਸ ਵੀ ਪਵਾਏ ਗਏ ਨੇ। ਇਹ ਸਾਰਾ ਖਰਚਾ ਇਸ ਟਰੱਸਟ ਵੱਲੋਂ ਹੀ ਕੀਤਾ ਗਿਆ। ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਡਾਕਟਰ ਓਬਰਾਏ ਅਤੇ ਡਾਕਟਰ ਕਸ਼ਿਸ਼ ਗੁਪਤਾ ਅਤੇ ਉਹਨਾਂ ਦੀ ਸਮੁੱਚੀ ਮੈਡੀਕਲ ਟੀਮ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ। ਡਾਕਟਰ ਐਸ ਕੇ ਸਬਰਾਏ ਤਾਂ ਉਹਨਾਂ ਨੇ ਅੱਖਾਂ ਦੇ ਕੈਂਪ ਨਾਮ ਦਾ ਉਪਰਾਲਾ ਸ਼ੁਰੂ ਕੀਤਾ ਅਤੇ ਦੇਖਦੇ ਦੇਖਦੇ ਪਿਛਲੇ ਸਾਲ ਡੇਢ ਸਾਲ ਦੇ ਵਿੱਚ ਹੀ ਤਕਰੀਬਨ 150 ਅੱਖਾਂ ਦੇ ਓਪਰੇਸ਼ਨ ਦੇ ਕੈਂਪ ਲਗਾ ਚੁੱਕੇ ਹਨ ਜਿਹੜੇ ਬਿਲਕੁਲ ਮੁਫਤ ਹੈ। ਜਿਹਦੇ ਵਿੱਚ ਓਬਰਾਏ ਸਾਹਿਬ ਆਪਦੀ ਕਮਾਈ ਦੇ ਵਿੱਚੋਂ ਸਾਰਾ ਖਰਚਾ ਦਿੰਦੇ ਨੇ, ਤੁਹਾਡੇ ਟੈਂਟ ਦਾ ਖਰਚਾ, ਤੁਹਾਡੇ ਆਉਣ ਜਾਣ, ਤੁਹਾਡੇ ਲੰਗਰ ਪਾਣੀ, ਹਰ ਚੀਜ਼ ਦਾ ਖਰਚਾ ਓਬਰਾਏ ਸਾਹਿਬ ਨੂੰ ਦਿੱਤਾ ਜਾਂਦਾ ਹੈ। ਅਗਰ ਤਾਂ ਇਹੀ ਨਹੀਂ ਕਰਦੇ ਉਹ ਵੱਖ ਵੱਖ ਪੰਜਾਬ ਦੇ ਵੱਖ ਵੱਖ ਸੂਬੇ ਦੇ ਵਿੱਚ ਅਤੇ ਹੁਣ ਹਰਿਆਣਾ, ਹਿਮਾਚਲ ਅਤੇ ਹੁਣ ਮਹਾਰਾਸ਼ਟਰ 'ਚ ਵੀ ਪਹੁੰਚ ਗਏ ਹੈ ਅਤੇ ਦੁਨੀਆ ਦੇ ਵਿੱਚ ਕੈਨੇਡਾ ਵਗੈਰਾ ਵਿੱਚ ਵੀ ਇਹ ਮੈਡੀਕਲ ਸੇਵਾਵਾਂ ਇਹਦੇ ਨਾਲ ਨਾਲ ਤੁਹਾਡੇ ਪਿੰਡ ਦੇ ਵਿੱਚ ਕੋਈ ਬਹੁਤ ਬੇਸਹਾਰਾ ਗਰੀਬ ਜਿਹਦਾ ਕੋਈ ਵਾਦੀ ਵਾਰਸ ਨਹੀਂ ਹੈ, ਜੋ ਰੋਟੀ ਖਾਣ ਦੇ ਮੁਹਤਾਜ ਹੈ, ਇਹੋ ਜਿਹੀਆਂ ਕੋਈ ਵਿਧਵਾਵਾਂ, ਕੋਈ ਇਹੋ ਜਿਹੇ ਬਜ਼ੁਰਗ ਜਿਹੜਾ ਉਹ ਨਹੀਂ ਕਰ ਸਕਦੇ ਹੈ ਤਾਂ ਹਰ ਡਿਸਟ੍ਰਿਕਟ ਦੇ ਵਿੱਚ, ਹਰ ਸੂਬੇ ਦੇ ਵਿੱਚ ਓਬਰਾਏ ਸਾਹਿਬ ਤੋਂ ਪੈਨਸ਼ਨਾਂ ਦਿੰਦੇ ਹੈ। ਸਰਬੱਤ ਦਾ ਭਲਾ ਟਰੱਸਟ ਵੱਲੋਂ ਵੱਡੇ ਪੱਧਰ ਤੇ ਲੋਕ ਸੇਵਾ ਦੇ ਕਾਰਜ ਕੀਤੇ ਜਾ ਰਹੇ ਨੇ ਅਤੇ ਅੱਖਾਂ ਨੂੰ ਮੁੜ ਜੋਤ ਦੇਣ ਸੰਬੰਧੀ ਸਰਬੱਤ ਦਾ ਭਲਾ ਟਰੱਸਟ ਵੱਲੋਂ ਵਿਸ਼ੇਸ਼ ਮੁਹਿੰਮ ਤਹਿਤ ਮੁਫਤ ਅੱਖਾਂ ਦਾ ਚੈੱਕਅਪ ਆਪਰੇਸ਼ਨ ਕੈਂਪ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲਗਾਤਾਰ ਲਗਾਏ ਜਾ ਰਹੇ ਨੇ। ਇਸੇ ਕੜੀ ਤਹਿਤ ਡਾਕਟਰ ਓਬਰਾਏ, ਮੈਨੇਜਿੰਗ ਟਰੱਸਟੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਹਰਿਆਣਾ ਦੇ ਹਾਂਸੀ ਵਿੱਚ 152ਵਾਂ ਮੁਫਤ ਅੱਖਾਂ ਦਾ ਚੈੱਕਅਪ ਅਤੇ ਆਪਰੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਸ਼੍ਰੀ ਦੁਸ਼ਯੰਤ ਚੌਟਾਲਾ, ਮੈਂਬਰ ਪਾਰਲੀਮੈਂਟ ਹਿਸਾਰ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਅਸ਼ੋਕ ਕਨੌਜੀਆ, ਡਾਇਰੈਕਟਰ, ਬੈਕਵਰਡ ਕਲਾਸ ਗਵਰਨਮੈਂਟ ਆਫ ਹਰਿਆਣਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਰਬੱਤ ਦਾ ਭਲਾ ਟਰੱਸਟ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਰਹੇ। ਡਾਕਟਰ ਮਨਪ੍ਰੀਤ ਸਿੰਘ ਅਤੇ ਉਹਨਾਂ ਦੀ ਮਾਹਰ ਟੀਮ ਵੱਲੋਂ ਅੱਖਾਂ ਦੇ ਫ੍ਰੀ ਕੈਂਪ ਦੌਰਾਨ 275 ਮਰੀਜ਼ ਦੀ ਅੱਖਾਂ ਦਾ ਚੈੱਕਅਪ ਕੀਤਾ ਗਿਆ। 45 ਮਰੀਜ਼ ਆਪਰੇਸ਼ਨ ਯੋਗ ਪਾਏ ਗਏ। ਮਰੀਜ਼ਾਂ ਨੂੰ 100 ਐਨਕਾਂ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਇਸ ਸਾਰਾ ਖਰਚਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੀਤਾ ਗਿਆ। ਇਸ ਦੌਰਾਨ ਪ੍ਰਬੰਧਕਾਂ ਨੇ ਓਬਰਾਏ ਦੁਆਰਾ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਵੀ ਵਿਸਤਾਰ ਨਾਲ ਜਾਣਕਾਰੀ ਦਿੱਤੀ। वेदांता से, पटियाला से अलग अलग मेडिकल टीम यहाँ पहुँची है, उनका काम निरंतर वो करते आए हैं, मैं उनको बधाई भी देता हूँ, उनका धन्यवाद भी करता हूँ। और एक फील्ड की ने आँखों की, रक्तदान की, एक्सरे की, अल्ट्रासाउंड की अलग अलग सुविधाएं आप तक लेकर आए। बद्दा बल्ला पटियाला की तरफ से आँखों का निःशुल्क कैंप लगाया गया। इस कैंप में 500 के लगभग 500 के आसपास पेशेंट हिस्सा लेंगे और उसमें से 50 या 60 या लगभग 100 के आसपास ऑपरेशन के पेशेंट निकलेंगे, जिनको सरबत दे बल्ले की तरफ से ग्लोबल आई हॉस्पिटल पटियाला के अंदर ले जाकर उनके आंखों का ऑपरेशन निःशुल्क किया जाएगा। इसके लिए हम सरबत दे बल्ला के चेयरमैन श्री SP सिंह ओबराय का बहुत बहुत आभार हैं, जिन्होंने इतना बढ़िया कैंप का यहाँ आयोजन किया। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਸੋਚ ਨੂੰ ਲੈ ਕੇ ਮਜ਼ਲੂਮਾਂ, ਬੇਸਹਾਰਿਆਂ, ਲਤਾੜੇ ਵਰਗਾਂ ਅਤੇ ਸਮਾਜ ਦੇ ਲੋੜਵੰਦਾਂ ਦੀ ਹਰ ਤਰ੍ਹਾਂ ਸਹਾਇਤਾ ਦੇ ਸੰਦੇਸ਼ ਨੂੰ ਮੁੱਖ ਰੱਖਦਿਆਂ ਸਰਬੱਤ ਦਾ ਭਲਾ ਟਰੱਸਟ ਵੱਲੋਂ ਪੰਜਾਬ ਦੀ ਪਵਿੱਤਰ ਧਰਤੀ ਜ਼ਿਲ੍ਹਾ ਮੁਕਤਸਰ ਸਾਹਿਬ ਵਿੱਚ ਆਪਣੀ ਸ਼ਾਖਾ ਦਾ ਗਠਨ ਡਾਕਟਰ ਓਬਰਾਏ ਵੱਲੋਂ ਕਈ ਮਹੀਨੇ ਪਹਿਲਾਂ ਕਰ ਦਿੱਤਾ ਗਿਆ ਸੀ ਅਤੇ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੀ ਜ਼ਰੂਰਤਮੰਦ ਲੋਕ ਲਗਾਤਾਰ ਲੈ ਰਹੇ ਸਨ।
ਜ਼ਰੂਰਤਮੰਦ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਟਰੱਸਟ ਵੱਲੋਂ ਮੁਕਤਸਰ ਵਿਖੇ ਵੀ ਇਕਾਈ ਦਾ ਦਫ਼ਤਰ ਖੋਲ੍ਹ ਦਿੱਤਾ ਗਿਆ। ਇਸ ਦਫ਼ਤਰ ਦਾ ਉਦਘਾਟਨ ਡਾਕਟਰ ਓਬਰਾਏ ਵੱਲੋਂ ਰਸਮੀ ਤੌਰ ਤੇ ਸ਼ਾਖਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ ਤਾਂ ਜੋ ਸਮਾਜ ਦੇ ਲੋੜਵੰਦਾਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ ਜਾ ਸਕੇ। ਡਾਕਟਰ ਓਬਰਾਏ ਨੇ ਆਖਿਆ ਕਿ ਜਲਦ ਹੀ ਮੁਕਤਸਰ ਵਿਖੇ ਲੋੜਵੰਦ ਲੜਕੇ ਅਤੇ ਲੜਕੀਆਂ ਲਈ ਕਿੱਤਾ ਮੁਖੀ ਕੇਂਦਰ ਖੋਲ੍ਹੇ ਜਾਣਗੇ ਅਤੇ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਸਕੀਮਾਂ ਦਾ ਲਾਭ ਵੀ ਲੋਕ ਇਸ ਦਫ਼ਤਰ ਵਿਖੇ ਪਹੁੰਚ ਕੇ ਪ੍ਰਾਪਤ ਕਰ ਸਕਣਗੇ। ਸਰਬੱਤਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਗਿਆ। ਜਿੱਥੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕਮਰਸ਼ੀਅਲ ਆਰ ਓ ਸਿਸਟਮ ਲਗਾਏ ਜਾ ਰਹੇ ਨੇ, ਉੱਥੇ ਹੀ ਕਈ ਜਨਤਕ ਥਾਵਾਂ ਤੇ ਆਰ ਓ ਅਤੇ ਕੂਲਰ ਲਗਾਉਣ ਦਾ ਕੰਮ ਵੀ ਟਰੱਸਟ ਵੱਲੋਂ ਲਗਾਤਾਰ ਜਾਰੀ ਹੈ, ਕਿਉਂਕਿ ਪੰਜਾਬ ਦਾ ਪਾਣੀ ਅਤਿਅੰਤ ਦੂਸ਼ਿਤ ਹੋ ਚੁੱਕਿਆ ਹੈ। ਇਸੇ ਕੜੀ ਤਹਿਤ ਸਰਬੱਤਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਇੱਕ ਵਾਟਰ ਕੂਲਰ ਅਤੇ ਕਮਰਸ਼ੀਅਲ ਆਰ ਓ ਸਿਸਟਮ ਬਠਿੰਡਾ ਦੇ ਪ੍ਰੈਸ ਕਲੱਬ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਡਾਕਟਰ ਓਬਰਾਏ ਵੱਲੋਂ ਬਠਿੰਡਾ ਪ੍ਰੈਸ ਕਲੱਬ ਦੇ ਸਮੂਹ ਅਹੁਦੇਦਾਰ ਅਤੇ ਪੱਤਰਕਾਰ ਭਾਈਚਾਰੇ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਟਰੱਸਟ ਦੀ ਬਠਿੰਡਾ ਇਕਾਈ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵੀ ਮੌਜੂਦ ਸਨ। ਇਸ ਦੌਰਾਨ ਡਾਕਟਰ ਓਬਰਾਏ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦਿੰਦਿਆਂ ਆਖਿਆ ਕਿ ਉਹ ਵੀ ਟਰੱਸਟ ਦੀਆਂ ਸਕੀਮਾਂ ਨੂੰ ਜ਼ਰੂਰਤਮੰਦ ਤੱਕ ਪਹੁੰਚਾਉਣ ਦੇ ਵਿੱਚ ਟਰੱਸਟ ਦਾ ਸਹਿਯੋਗ ਕਰਨ। ਕਿਉਂਕਿ ਸਰਬੱਤ ਦੇ ਭਲਾ ਚੈਰੀਟੇਬਲ ਟਰੱਸਟ ਵੱਲੋਂ ਜਿਸ ਤਰ੍ਹਾਂ ਸਾਰੇ ਜਾਣਦੇ ਹਾਂ ਕਿ ਬਹੁਤ ਕੰਮ ਕੀਤੇ ਜਾ ਰਹੇ ਨੇ, ਅਸੀਂ 22 ਫੀਲਡ ਦੇ ਵਿੱਚ ਕੰਮ ਕਰ ਰਹੇ ਹਾਂ, ਚਾਹੇ ਉਹ ਘਰ ਬਣਾ ਕੇ ਦੇਣ ਹੋਣ, ਚਾਹੇ ਓਲਡ ਏਜ ਹੋਮ ਨੇ, ਚਾਹੇ ਡੈਫਨ ਨੇ, ਬੱਚਿਆਂ ਸਕੂਲ ਨੇ, ਹੈਲਥ ਦੇ ਅਸੀਂ ਇੰਨਾ ਕੰਮ ਕਰ ਰਹੇ ਹਾਂ, ਸਕੂਲਾਂ 'ਚ ਆਰ ਓ ਹੋ ਗਏ ਜਾਂ ਐਜੂਕੇਸ਼ਨ ਦਾ ਹੋ ਗਿਆ, ਇਹ ਸਾਰੇ ਅਸੀਂ ਇੰਨੇ ਕੰਮ ਕਰ ਰਹੇ ਹਾਂ। ਅਤੇ ਅੱਜ ਇੱਥੇ ਬਠਿੰਡਾ ਵਿੱਚ ਜਿਹੜਾ ਪ੍ਰੈਸ ਕਲੱਬ ਦੇ ਵਿੱਚ ਇਹਨਾਂ ਨੇ ਜਿੰਨੇ ਸਾਡੇ ਮੀਡੀਆ ਦੇ ਭਰਾ ਹੈਗੇ ਨੇ, ਇਹਨਾਂ ਨੇ ਕਿਹਾ ਕਿ ਅਸੀਂ ਕਿਉਂ ਨਾ ਇੱਕ ਮੀਟ ਕੀਤੀ ਜਾਏ, ਲੇਕਿਨ ਕਲੱਬ ਨੇ ਇੱਕ ਫੈਸਲਾ ਕੀਤਾ ਕਿ ਨਹੀਂ, ਅਸੀਂ ਅੱਜ ਸਾਰੇ ਇੱਥੇ ਰੱਖ ਕੇ ਮੀਟ ਕਰੀਏ, ਸਾਨੂੰ ਜਿਹੜੇ ਸਾਡੇ ਟਰੱਸਟ ਦੇ ਕੰਮ ਨੇ ਇਹਨਾਂ ਨੂੰ ਹੋਰ ਅਸੀਂ ਬਾਹਰ ਤੱਕ ਫੈਲਾ ਸਕੀਏ। ਦੂਸਰਾ ਜਿਹੜਾ ਇਹ ਕਲੱਬ ਦੀ ਸੀਗਾ ਲਿਆ, ਇਹਦੇ ਵਿੱਚ ਕੁਛ ਜ਼ਰੂਰਤ ਸੀਗੀ, ਜਿਹੜਾ ਪਾਣੀ ਦਾ ਕੂਲਰ ਸੀਗਾ, ਆਰ ਓ ਸੀਗਾ, ਕਿਉਂਕਿ ਅਸੀਂ ਜ਼ਿਆਦਾ ਸਾਰੇ ਸਕੂਲਾਂ ਵਿੱਚ ਪਬਲਿਕ ਪਲੇਸ ਹਨ, ਇੱਥੇ ਅਸੀਂ ਆਰ ਓ ਲਗਾਏ ਹਾਂ, ਤੋ ਇੱਥੇ ਜਿਹੜਾ ਇੱਕ ਅੱਜ ਆਰ ਓ ਦੇ ਕੂਲਰ ਜਿਹੜਾ ਹਨ ਉਹ ਵੀ ਲਗਾਇਆ ਗਿਆ। ਬਠਿੰਡਾ ਸ਼ਹਿਰ ਦੇ ਭਾਰਤ ਨਗਰ ਸਥਿਤ ਲਿਟਲ ਪੰਪਕਿਨਸ ਪਲੇਵੇ ਸਕੂਲ ਵਿੱਚ 15 ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਕੈਂਪ ਦੀ ਸ਼ੁਰੂਆਤ ਸਰਬੱਤਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ ਪੀ ਸਿੰਘ ਓਬਰਾਏ ਵੱਲੋਂ ਕੇਕ ਕੱਟ ਕੇ ਕੀਤੀ ਗਈ। ਇਸ ਦੌਰਾਨ ਡਾਕਟਰ ਓਬਰਾਏ ਨੇ ਦੱਸਿਆ ਕਿ ਇਸ ਸਮਰ ਕੈਂਪ ਵਿੱਚ ਬੱਚਿਆਂ ਨੂੰ ਮੌਜ ਮਸਤੀ ਕਰਨ ਤੋਂ ਇਲਾਵਾ ਕੁਝ ਨਵਾਂ ਸਿੱਖਣ ਨੂੰ ਵੀ ਮਿਲੇਗਾ। ਇਸ ਦੌਰਾਨ ਸਕੂਲ ਦੀ ਪ੍ਰਬੰਧਕਾ ਗੀਤਾ ਨੇਗੀ ਨੇ ਦੱਸਿਆ ਕਿ ਹਰ ਸਾਲ ਉਹਨਾਂ ਦੇ ਸਕੂਲ ਵਿੱਚ ਸਮਰ ਕੈਂਪ ਦਾ ਆਯੋਜਨ ਕੀਤਾ ਜਾਂਦਾ ਹੈ ਜੋ ਕਿ 15 ਦਿਨਾਂ ਤੱਕ ਚੱਲਦਾ ਹੈ। ਇਸ ਕੈਂਪ ਵਿੱਚ ਬੱਚੇ ਮੌਜ ਮਸਤੀ ਕਰਨ ਤੋਂ ਇਲਾਵਾ ਕੁਝ ਨਵਾਂ ਵੀ ਸਿੱਖਦੇ ਨੇ।